ਜਿੱਥੇ ਸਮਾਜ ਵਿੱਚ ਲੜਕੀਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਉੱਥੇ ਸਮਾਜ ਵਿੱਚ ਕੁਝ ਅਜਿਹੇ ਲੋਕ ਵੀ ਮੌਜੂਦ ਹਨ ਜੋ ਲੜਕੀਆਂ ਦੇ ਹੋਣ ਤੇ ਸਮਾਗਮ ਕਰਵਾ ਕੇ ਨਵੇਂ ਸਾਲ ਵਾਲੇ ਦਿਨ ਮੁੰਡੇ ਦੀ ਆਮਦ ਵਾਂਗ ਕੁੜੀ ਦੀ ਆਮਦ ਦਾ ਜਸ਼ਨ ਮਨਾਉਂਦੇ ਹਨ। ਅਜਿਹਾ ਇੱਕ ਮਾਮਲਾ ਮੌੜ ਮੰਡੀ ਸਬ ਡਿਵੀਜ਼ਨ ਪਿੰਡ ਸਦੋਹਾ ਦੇ ਸਾਹਮਣੇ ਆਇਆ ਹੈ ਜਿੱਥੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਘਰ ਵਿੱਚ ਬੇਟੀ ਨੇ ਜਨਮ ਲਿਆ ਹੈ। ਇਸ ਮੌਕੇ ਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਘਰ ਬੇਟੀ ਜਨਮੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬੇਟੀਆਂ ਬੇਟਿਆਂ ਨਾਲੋਂ ਮਾਤਾ ਪਿਤਾ ਦੀ ਵੱਧ ਸੇਵਾ ਕਰਦੀਆਂ ਹਨ। ਜਿਹੜਾ ਇਹ ਮੈਂ ਗੁਰਦੀਪ ਸਿੰਘ ਆ ਜੀ, ਇਹ ਮੇਰਾ ਭਤੀਜਾ, ਇਹਨੇ ਅੱਜ ਨਵੇਂ ਸਾਲ 'ਤੇ ਖੁਸ਼ੀ ਮਨਾਈ ਹੈ ਜੀ। ਇਹਦੇ ਇੱਕ ਬੇਟੀ ਪਹਿਲਾਂ ਜੀ, ਇੱਕ ਹੁਣ ਹੋਈ ਹੈ ਜੀ ਬੇਟੀ ਇਹਦੇ। ਇਹਦੇ ਖੁਸ਼ੀ ਦੇ ਵਿੱਚ ਅਸੀਂ ਨਿੰਮ ਬੰਨਿਆ ਅਤੇ ਬਹੁਤ ਖੁਸ਼ੀ ਵਾਲੀ ਗੱਲ ਕਾ ਜੀ। ਅਤੇ ਮੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ ਹੈਗਾ ਜੀ, ਜੇ ਆਪਾਂ ਸਮਝ ਗਏ। ਆਪਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਰੇ ਪੰਜਾਬ ਨੂੰ ਵੀ ਭਾਈ ਮੁੰਡੇ ਕੁੜੀਆਂ 'ਚ ਕੋਈ ਫਰਕ ਨਾ ਰੱਖਿਆ ਕਰੋ, ਕੁੜੀਆਂ ਅੱਜ ਕੱਲ੍ਹ ਮੂਹਰੇ ਨਾ ਮੁੰਡਿਆਂ ਤੋਂ। ਅਤੇ ਇੰਨਾ ਕਹਿੰਦੇ ਬਹੁਤ ਬਹੁਤ ਧੰਨਵਾਦ ਜੀ, ਬਹੁਤ ਖੁਸ਼ੀ ਦਾ ਦੇਣਾ ਗਾ। ਅਸੀਂ ਨਿੰਮ ਵੀ ਬੰਨਿਆ ਖੁਸ਼ੀ 'ਚ ਅਤੇ ਬਹੁਤ ਗੁਰਦੀਪ ਸਿੰਘ ਦਾ ਵੀ ਬਹੁਤ ਧੰਨਵਾਦ ਕਰਦਾ ਜੀ ਮੈਂ, ਬਹੁਤ ਬਹੁਤ ਧੰਨਵਾਦ ਜੀ। ਪਿੰਡ ਜੀ ਸੰਦੋਹਾ, ਮੇਰਾ ਗੁਰਦੀਪ ਸਿੰਘ ਨਾਮ, ਜ਼ਿਲ੍ਹਾ ਬਠਿੰਡਾ। ਅੱਜ ਅਸੀਂ ਮੰਨ ਕੇ ਚੱਲ ਵੀ ਦੂਜੀ ਲੜਕੀ ਦਾ ਨਿੰਮ ਬੰਨ ਰਹੇ ਹਾਂ, ਪ੍ਰੇਸ਼ਨ ਕਰਵਾਤਾ। ਸਮਾਜ ਨੂੰ ਇਹੀ ਬੇਨਤੀ ਆ ਵੀ ਮੁੰਡੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਗਾ। ਅੱਜ ਸਾਰੇ ਮੇਰੇ ਰਿਸ਼ਤੇਦਾਰ, ਮੇਰੇ ਭੈਣ ਭਾਈ ਮੇਰੇ ਨਾਲ ਖੜ੍ਹੇ ਆ, ਇਹ ਬਹੁਤ ਵੱਡੀ ਖੁਸ਼ੀ ਆ। ਬੱਚਿਆਂ ਵਾਲਾ ਕਰਵਾ ਚੁੱਕੇ ਹਾਂ ਅਸੀਂ, ਕੋਈ ਅੱਜ ਕੱਲ੍ਹ ਮੁੰਡਿਆਂ ਦੇ ਵਿੱਚ ਕੁਛ ਵੀ ਨਾ ਸਮਝੋ ਮੰਨ ਕੇ ਚੱਲ ਵੀ। ਸਮਾਜ ਨੂੰ ਇਹ ਬੇਨਤੀ ਕਰਦੇ ਹਾਂ ਅਸੀਂ ਮੰਨ ਕੇ ਚੱਲ ਵੀ ਅੱਜ ਕੱਲ੍ਹ ਵੀ ਕੁੜੀਆਂ ਨੂੰ ਭੁਲੋ ਹੱਤਿਆ ਨਾ ਕਰੋ ਤੁਸੀਂ। ਮੰਨ ਕੇ ਚੱਲ ਵੀ ਕੁੜੀਆਂ ਵੀ ਰੱਬ ਦਾ ਰੂਪ ਆ, ਅੱਗੇ ਤਰੱਕੀ ਕੁੜੀਆਂ ਬਹੁਤ ਜ਼ਿਆਦਾ ਕਰਦੀਆਂ ਅਤੇ ਮੁੰਡੇ ਤਰੱਕੀ ਘੱਟ ਕਰਨ ਲੱਗ ਗਏ। ਮੇਰਾ ਨਾਮ ਜਸਵੀਰ ਸਿੰਘ ਹੈ ਜੀ, ਪਿੰਡ ਸਨੋਹਾ। ਇਹ ਮੇਰੇ ਚਾਚਾ ਜੀ ਦੇ ਲੜਕੇ ਨੇ, ਗੁਰਦੀਪ ਸਿੰਘ ਉਰਫ ਕਾਲਾ। ਇਹਨਾਂ ਨੇ ਅੱਜ ਨਵੇਂ ਸਾਲ ਦੇ ਉੱਤੇ ਆਪਣੀ ਬੇਟੀ ਦੇ ਜਨਮਦਿਨ ਦੀ ਖੁਸ਼ੀ ਦੇ ਵਿੱਚ ਨਿੰਮ ਬੰਨਿਆ। ਇੱਕ ਲੜਕੀ ਇਹਨਾਂ ਦੀ ਪਹਿਲਾਂ ਵੀ ਆ, ਇਹ ਦੂਸਰੀ ਲੜਕੀ ਦੀ ਵੀ ਇਹਨਾਂ ਨੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਹੈ ਜੀ। ਇਹਨਾਂ ਦੀ ਸਮਾਜ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਬੱਚੀਆਂ ਅਤੇ ਬੱਚਿਆਂ ਦੇ ਵਿੱਚ ਕੋਈ ਫਰਕ ਨਾ ਸਮਝਿਆ ਜਾਵੇ, ਅਤੇ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਆਪਾਂ ਜਾਗਰੂਕ ਕਰ ਸਕੀਏ, ਜੋ ਭਰੂਣ ਹੱਤਿਆ ਕਰਦੇ ਆ ਬੰਦ ਕੀਤੀ ਜਾਵੇ। ਚਾਹੁੰਦੀ ਕਿ ਕਾਲਾ ਸਿੰਘ ਜੀ, ਜੋ ਕਿ ਗੁਰਦੀਪ ਸਿੰਘ ਸਨ ਆਫ ਗੁਰਦੀਪ ਸਿੰਘ ਜੀ, ਜੋ ਕਿ ਮੇਰੇ ਮਾਮਾ ਜੀ ਨੇਗੇ, ਉਹਨਾਂ ਦੀਆਂ ਜਿਹੜੀਆਂ ਦੋ ਬੇਟੀਆਂ ਨੇ, ਉਹਨਾਂ ਪਹਿਲਾਂ ਵੀ ਆਪਣੀ ਬੇਟੀ ਦਾ ਨਿੰਮ ਬੰਨਿਆ ਗਾ, ਜੋ ਕਿ ਇੱਕ ਬਹੁਤ ਹੀ ਵਧੀਆ ਢੰਗ ਦੇ ਨਾਲ ਪਾਲਣ ਪੋਸ਼ਣ ਕਰਦੇ ਆ। ਅਤੇ ਉਹਨਾਂ ਦਾ ਮੰਨਣਾ ਇਹ ਹੈਗਾ ਕਿ ਨਵੇਂ ਸਾਲ ਦੇ ਉੱਤੇ ਇੱਕ ਨਵੀਂ ਰਵਾਇਤ ਚਲਾਉਣ ਦੇ ਨਾਲ ਨਾਲ ਉਹਨਾਂ ਦਾ ਕਹਿਣਾ ਗਾ ਕਿ ਮੈਂ ਆਪਣੀ ਕੁੜੀਆਂ ਅਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਕਰਦਾ। ਸਗੋਂ ਸਮਾਜ ਦੀ ਆਉਣ ਵਾਲੀ ਪੀੜ੍ਹੀ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਕੁੜੀਆਂ ਦੇ ਹਰ ਕੋਈ ਨਿੰਮ ਬੰਨਣਾ ਚਾਹੀਦਾ ਗਾ, ਅਤੇ ਜਿਸ ਦੇ ਨਾਲ ਅਸੀਂ ਇੱਕ ਨਵੀਂ ਸੋਚ ਨੂੰ ਅੱਗੇ ਲਿਜਾ ਸਕੀਏ। ਮੇਰਾ ਇਹ ਕਹਿਣਾ ਗਾ ਕਿ ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਅਤੇ ਇਸ ਸਮਾਜ ਦੀ ਸੂਝਬੂਝ ਦੇ ਨਾਲ ਅਸੀਂ ਕੁੜੀਆਂ ਨੂੰ ਵੀ ਅੱਗੇ ਕਰੀਏ, ਤਾਂ ਕਿ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਕਿਸੇ ਗੱਲੋਂ ਕੋਈ ਘੱਟ ਨਾ ਸਮਝਿਆ ਜਾਵੇ ਅਤੇ ਕੁੜੀਆਂ ਦੀ ਵੀ ਲੋਹੜੀ ਬੜੀਆਂ ਚਾਹਵਾਂ ਅਤੇ ਉਮੰਗਾਂ ਦੇ ਨਾਲ ਮਨਾਈ ਜਾਵੇ। ਧੰਨਵਾਦ ਜੀ।